ਤੁਹਾਡਾ ਨਾਮ ਸੌਦਾਗਰ, ਲੇਕਿਨ ਅਸੀਂ ਦਿਲਾਂ ਦੇ ਸੌਦਾਗਰ ਆ, ਦਿਲ ਵੱਟੇ ਦਿਲ ਦੇ ਵੀ ਬੱਤੀ ਵਾਲੇ ਦਿਲ ਦੇ ਸੌਦਾਗਰ ਆ ਵਾਕਿਆ ਜੀ। ਬਹੁਤ ਬਹੁਤ ਧੰਨਵਾਦ। ਹਾਂ ਸੀਗਾ, ਚਲੋ ਸਭ ਤੋਂ ਵੱਡੀ ਟੈਨਸ਼ਨ ਇਹ ਸੀ ਕਿ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਇਹ ਤਾਂ ਇੰਡੀਆ 'ਚ ਨਹੀਂ ਬਣਦਾ, ਬਾਹਰੋਂ ਕਿੱਥੋਂ ਬਣਾਉਣਾ ਸੀ? ਇੱਕ ਲੇਡੀਜ਼ ਆਈ, ਉਹ ਕਹਿੰਦੀ ਅੰਕਲ ਦਾ ਪਰਸ ਕਿੱਥੇ ਆ? ਇਹਨੇ ਸਾਨੂੰ ਦੱਸਿਆ ਨਹੀਂ ਵੀ ਪਰਸ ਵਾਚਿਆ ਜੀ। ਤੁਸੀਂ ਇੱਥੇ ਮੁੜ ਕੇ ਗੇੜਾ ਮਾਰਿਆ ਨਹੀਂ? ਪਰਵਾਹ ਹੀ ਨਹੀਂ ਕਰਦੇ, $200-$250 ਦੀ ਇਹਨੇ ਕਿਹਾ ਵੀ ਮਿਲਣਾ ਹੀ ਨਹੀਂ, ਉਹ ਟੋਲੀ ਹੈ ਕਿੱਥੇ ਅਸੀਂ? ਬੰਦੇ ਵੀ ਰਹਿੰਦੇ ਸ਼ਾਇਦ, ਹਾਂ ਨਹੀਂ ਪੱਕੇ ਜੀ, ਇਮਾਨਦਾਰੀ। ਬਾਪੂ ਜੀ ਇਹ ਕੰਮ ਨੀ, ਨਾ ਇੱਕ ਮਿੰਟ ਫਿਰ ਸਾਡੇ ਕਿਰਦਾਰ ਤੇ ਸ਼ੱਕ ਨਾ ਕਰੋ ਜੀ। ਉਹ ਤਾਂ ਤੁਹਾਨੂੰ ਅਸੀਂ ਮੋੜਨੇ ਨਹੀਂ ਸੀ, ਜੇ ਇਹ ਗੱਲ ਹੁੰਦੀ ਤਾਂ ਸਾਡੇ ਕਿਰਦਾਰ ਤੇ ਸ਼ੱਕ ਨਾ ਕਰੋ ਕਿ ਜਾਣ ਬੁੱਝ ਕੇ ਗਲਤੀ ਕਰਦੇ ਨਹੀਂ, ਫਿਰ ਵੀ ਜਾਣੇ ਅਣਜਾਣੇ 'ਚ ਹੋ ਜਾਵੇ ਤਾਂ ਰੱਬ ਕਰੇ ਮਾਫ ਕੁੜੇ। ਮੰਨਿਆ ਰੂਪ ਦੇ ਬਹੁਤੇ ਸੋਹਣੇ ਨਹੀਂ ਆ, ਮੰਨਿਆ ਸ਼ਕਲੋਂ ਬਹੁਤੇ ਸੋਹਣੇ ਨਹੀਂ ਆ, ਪਰ ਦਿਲ ਦੇ ਪੂਰੇ ਆ ਸਾਫ਼ ਕੁੜੇ, ਦਿਲ ਦੇ ਪੂਰੇ ਆ ਸਾਫ਼ ਕੁੜੇ। ਸਤਿ ਸ਼੍ਰੀ ਅਕਾਲ, PP 32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ। ਸਾਥੀਓ, 5 ਦਿਨ ਪਹਿਲਾਂ ਇੱਕ ਪਰਸ ਗਵਾਚਿਆ ਸੀਗਾ, ਘੰਟਾ ਕੁ ਪਹਿਲਾਂ ਵੀਡੀਓ ਪਾਈ ਅਤੇ 5 ਮਿੰਟਾਂ 'ਚ ਅਲੀ ਅਲੀ ਹੋ ਗਈ। ਮਤਲਬ ਅਲੀਪੁਰ ਦਾ ਪਰਸ ਸੀ, ਅਲੀਪੁਰ ਤੋਂ ਬਜ਼ੁਰਗ ਬਾਪੂ ਨੇ ਇਹਨਾਂ ਦਾ ਪਰਸ ਸੀ, ਵੀਰ ਹੁਣਾਂ ਨੂੰ ਮਿਲਿਆ ਸੀਗਾ। ਮੈਂ ਉਦੋਂ ਵੀ ਕਿਹਾ ਸੀਗਾ ਕਿ ਇਨਸਾਨੀਅਤ ਇਹਨਾਂ ਨੇ ਦਿਖਾਈ ਹੈ, ਇਨਸਾਨੀਅਤ ਹੇਠਾਂ ਡਿੱਗੀ ਪਈ ਸੀ ਡਾਲਰਾਂ 'ਚ, ਇਹਨਾਂ ਨੇ ਚੱਕ ਲਈ, ਸਾਂਭ ਲਈ, ਵੀਡੀਓ ਪਾਈ ਹੈ ਅਤੇ ਅਲੀ ਅਲੀ ਹੋ ਗਈ। ਅਲੀਪੁਰ ਤੋਂ ਬਾਪੂ ਜੀ ਆ ਗਿਆ, ਸੌਦਾਗਰ ਸਿੰਘ ਜੀ। ਬਾਪੂ ਜੀ ਪਰਸ ਵਾਪਸ ਮਿਲ ਗਿਆ? 5 ਮਿੰਟ 'ਚ ਮਿਲ ਗਿਆ? ਡਾਲਰ ਨੀ, ਪੈਸੇ ਨੀ, ਡਾਲਰ ਡਾਲਰ ਗਿਣ ਲਓ, ਡਾਕੂਮੈਂਟ ਦੇਖ ਲਓ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਜਿਹੜਾ ਮਿਲ ਗਿਆ। ਅਸੀਂ ਕੀ ਗਿਣਨਾ ਇਹਨਾਂ ਦਾ ਮਹਾਰਾਜ, ਗਿਣਤੀ ਤਾਂ ਕਰੀਏ ਜੇ ਕਿਤੇ ਜਾਂਦੇ ਹੋਣ। ਇਹਦੇ ਵਿੱਚ ਵੀ ਹੈ ਤੁਹਾਡੇ, ਕਿਤੇ ਵੱਧ ਤਾਂ ਨਹੀਂ ਬਾਤ ਹੈ? ਸੋਹਣਾ ਹੀ ਮਿਲਣਾ ਸਰ, ਮੁੰਦੀ ਮੰਦੀ ਤਾਰੀ ਬਾਤ। ਚੈੱਕ ਕਰ ਲਓ ਜੀ, ਆਈਡੀ ਚੈੱਕ ਕਰ ਲਓ, ਆਈਡੀ ਚੈੱਕ ਕਰੋ ਜੀ। ਨਹੀਂ ਨਹੀਂ, ਆਈਡੀ ਚੈੱਕ ਨਹੀਂ ਜੀ। ਸਭ ਤੋਂ ਵੱਡੀ ਗੱਲ ਹੈ ਕਿ ਮੇਰਾ ਆਈਡੀ ਚੈੱਕ ਕਰੋ ਜੀ, ਜਿਹੜੀ ਤੁਹਾਡੀ ਮੌਜੂਦ। ਬਾਪੂ ਜੀ ਗੱਲ ਕਹਾਂ, ਇੱਕ ਮਿੰਟ ਗੱਲ ਕਹਾਂ, ਸੁਣੋ। ਤੁਹਾਡਾ ਨਾਮ ਸੌਦਾਗਰ, ਲੇਕਿਨ ਅਸੀਂ ਦਿਲਾਂ ਦੇ ਸੌਦਾਗਰ ਆ, ਦਿਲ ਵੱਟੇ ਦਿਲ ਦੇ ਵੀ ਬੱਤੀ ਵਾਲੇ ਦਿਲ ਦੇ ਸੌਦਾਗਰ ਆ ਵਾਕਿਆ ਜੀ। ਬਹੁਤ ਬਹੁਤ ਧੰਨਵਾਦ। ਹਾਂ ਸੀਗਾ, ਚਲੋ ਸਭ ਤੋਂ ਵੱਡੀ ਟੈਨਸ਼ਨ ਇਹ ਸੀ ਕਿ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਇਹ ਤਾਂ ਇੰਡੀਆ 'ਚ ਨਹੀਂ ਬਣਦਾ, ਬਾਹਰੋਂ ਕਿੱਥੋਂ ਬਣਾਉਣਾ ਸੀ? ਫਿਰ ਇੰਡੀਆ ਵਾਲੇ ਨੇ ਕਹਿਣਾ ਸੀ ਇੱਧਰੋਂ ਬਣਾ ਕੇ ਭੇਜ ਦਈਏ। ਤਾਲਮੇਲ ਕੀਤਾ ਤੁਹਾਡੀ ਚੀਜ਼ ਨੂੰ, ਤੁਹਾਡੀ ਅਮਾਨਤ ਨੂੰ ਸਾਂਭ ਕੇ ਰੱਖਿਆ, ਔਰ ਮੱਛਰ ਤੱਕ ਵੀ ਨਹੀਂ ਲੜਨ ਦਿੱਤਾ ਇਹਦੇ। ਥੈਂਕ ਯੂ ਤੁਹਾਡਾ ਜੀ, ਬੜੀ ਮਿਹਰਬਾਨੀ। ਠੀਕ ਹੈ ਜੀ, ਇਹਨਾਂ ਦੇ ਥੈਂਕ, ਦੇਖੋ ਇਹ ਸਿਰਫ ਇੱਕ ਭਾਵਨਾ ਹੁੰਦੀ ਹੈ, ਨਾ ਤਾਂ ਥੈਂਕ ਯੂ ਅਸੀਂ ਲੈਣ, ਨਾ ਕੋਈ ਵੱਡੇ ਹੋਏ, ਨਾ ਤੁਸੀਂ ਛੋਟੇ। ਸਾਡੀ ਭਾਵਨਾ ਕਿ ਤੁਹਾਡੇ ਦਿਲ ਨੂੰ ਸਕੂਨ ਪਹੁੰਚਣਾ ਚਾਹੀਦਾ, ਤੁਸੀਂ ਇੱਥੋਂ ਵਧੀਆ ਯਾਦਾਂ ਲੈ ਕੇ ਜਾਓ ਜੀ। ਜੀ, ਜਾ ਕੇ ਕਹੋ ਕਿ ਬੱਤੀ ਵਾਲੇ ਇਮਾਨਦਾਰ ਆ, ਬੱਤੀ ਵਾਲੇ ਇਮਾਨਦਾਰ ਹੀ ਹੈ ਜੀ। ਤੁਹਾਡਾ ਥੈਂਕ ਸਭ ਤੋਂ ਵੱਡਾ ਸ਼ੁਕਰਾਨਾ ਸਫੂਰੀ ਸਾਹਿਬ, ਜਿਹੜਾ ਤੁਸੀਂ ਸਾਡੇ ਲਈ ਟਾਈਮ ਕੱਢਿਆ ਕਿ ਦੇਖੋ ਕਿਸੇ ਦੀ ਇਮਾਨਤ ਕਿਸੇ ਦੇ ਹਵਾਲੇ ਚੱਲ ਜੇ, ਉਹਦਾ ਹੀ ਹੱਕਦਾਰ ਬੰਦਾ ਹੋਣਾ ਚਾਹੀਦਾ ਜਿਹਦੀ ਚੀਜ਼ ਦੀ ਇਮਾਨਤ ਹੈਗੀ। ਸਾਡੇ ਤਾਂ 5 ਮਿੰਟ ਹੋਏ ਸੀ ਤੁਹਾਡੀ ਵੀਡੀਓ ਦੇ, ਸਾਡੇ ਗੁਆਂਢੀਆਂ ਦੇ ਇੱਕ ਲੇਡੀਜ਼ ਆਈ, ਉਹ ਕਹਿੰਦੀ ਅੰਕਲ ਦਾ ਪਰਸ ਕਿੱਥੇ ਆ? ਇਹਨੇ ਸਾਨੂੰ ਦੱਸਿਆ ਨਹੀਂ ਵੀ ਪਰਸ ਵਾਚਿਆ ਜੀ। ਤੁਸੀਂ ਇੱਥੇ ਮੁੜ ਕੇ ਗੇੜਾ ਮਾਰਿਆ ਨਹੀਂ? ਨਹੀਂ ਜੀ।
ਮੈਂ ਪਰਵਾਹ ਹੀ ਨਹੀਂ ਕਰਦੇ $200-250 ਦੀ ਨਹੀਂ ਮੈਂ ਮਿਲਣਾ ਹੀ ਨਹੀਂ ਮਿਲਣਾ ਬਾਪੂ ਜੀ ਘੱਟ ਬੋਲਦੇ ਮਤਲਬ ਅੰਗਰੇਜ਼ੀ ਜ਼ਿਆਦਾ ਗੱਲ ਕਰਦੇ ਆ। ਚਲੋ ਠੀਕ ਹੈ ਜੀ, ਇਹ ਸਾਡੇ ਸਾਰੇ ਭਰਾ ਕੋਠੀ ਰੋਡ ਤੇ ਦੁਕਾਨਦਾਰ ਵੀਰ, ਮੈਂ ਚੇਤਾ ਕਰਾ ਦਵਾਂ, ਇਹ ਉਹੀ ਦੁਕਾਨਾਂ ਜਿੱਥੋਂ 35-40 lakh ਚੋਰੀ ਹੋ ਗਿਆ ਸੀ, ਉਹ ਤਾਂ ਨਹੀਂ ਮਿਲਿਆ ਪਰ ਭਰਾਵਾਂ ਹੱਥ ਪਰਸ ਆ ਗਿਆ, ਉਹ ਇਹਨਾਂ ਨੇ ਇਮਾਨਦਾਰੀ ਨਾਲ ਹਵਾਲੇ ਕਰ ਦਿੱਤਾ। ਤਾਂ ਇੱਦਾਂ ਦੀ ਜੇ ਇਮਾਨਦਾਰ ਸਰਕਾਰ ਹੋ ਜਾਵੇ, ਪ੍ਰਸ਼ਾਸਨ ਹੋ ਜਾਵੇ, ਤਾਂ ਲੋਕ ਸੱਚੀਓ ਫਿਰ ਬਾਹਰੋਂ ਇੰਡੀਆ ਕੇ ਇੱਥੇ ਬਿਜ਼ਨਸ ਕਰਨ, ਨਹੀਂ ਤਾਂ ਇੱਥੋਂ ਤਾਂ ਯੂਪੀ ਵਾਲੇ ਵੀ ਭੱਜਣ ਨੂੰ ਫਿਰਦੇ, ਕਹਿੰਦੇ ਰੇ ਬਾਬਾ ਕ੍ਰਾਈਮ ਬੜਾ ਹੋ ਗਿਆ ਰੇ। ਚਲੋ ਇਹ ਸਾਡੇ ਭਰਾਵਾਂ ਦਾ ਧੰਨਵਾਦ, ਔਰ ਇਹਨਾਂ ਦੀ ਨੇਕ ਦਿਲੀ, ਇਹਨਾਂ ਦੀ ਇਮਾਨਦਾਰੀ ਕਰਕੇ ਪੀ ਵੀ ਬੱਤੀ ਇੱਕ ਜ਼ਰੀਆ ਬਣਦਾ। ਸਾਡੇ ਪਰਿਵਾਰਕ ਮੈਂਬਰ, ਸਾਡੇ ਪਰਿਵਾਰ ਦੀ ਗਿਣਤੀ 3 lakh ਹੋ ਗਈ ਹੈ, ਸਾਰੇ ਪਰਿਵਾਰਕ ਮੈਂਬਰਾਂ ਦਾ ਵੀ ਧੰਨਵਾਦ, ਉਹ ਸਾਥ ਦਿੰਦੇ ਆ। 5 ਮਿੰਟ 'ਚ ਅਲੀ ਅਲੀ ਕਰਾਤੀ, ਅਲੀਪੁਰ ਵਾਲੇ ਖੁਸ਼ ਹੋ ਗਏ। ਠੀਕ ਹੈ ਜੀ, ਬਣੇ ਰਹਿਣਾ ਵੀ ਬੱਤੀ ਨਵਾਂ, ਬਣੇ ਰਹਿਣਾ ਵੀ ਬੱਤੀ ਨਵਾਂ ਸ਼ਹਿਰ ਨੇ, ਆਪਣੇ ਛੋਟੇ ਵੀ ਦਿਨੇਸ਼ ਸੂਰੀ, ਕੈਮਰਾ ਪਰਸਨ ਵਿਜੇ ਕੁਮਾਰ ਤੇ, ਜਿੰਨੇ ਸਾਡੇ ਭਰਾ ਆ ਸਾਰਿਆਂ ਨੂੰ ਜਾਇਜ਼ ਦਿਓ। ਬਾਪੂ ਆਹ ਕੰਮ ਨਹੀਂ ਕਰਨਾ, ਨਾ 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 ਬਾਪੂ ਜੀ, ਇਹ ਕੰਮ ਨਹੀਂ, ਨਾ 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 ਨਾ, ਇੱਕ ਮਿੰਟ, ਫਿਰ ਸਾਡੇ ਕਿਰਦਾਰ ਤੇ ਸ਼ੱਕ ਨਾ ਕਰੋ ਜੀ, ਉਹ ਤਾਂ ਤੁਹਾਨੂੰ ਅਸੀਂ ਮੋੜਨੇ ਨਹੀਂ ਸੀ, ਜੇ ਇਹ ਗੱਲ ਹੁੰਦੀ ਤਾਂ ਸਾਡੇ ਕਿਰਦਾਰ ਤੇ ਸ਼ੱਕ ਨਾ ਕਰੋ, ਹੈ ਇਹ ਅਸੀਂ ਇਹ ਵੀ ਨਹੀਂ। ਇੱਕ ਮਿੰਟ ਅਲੀਪੁਰ ਜੀ, ਉਹ ਸੌਦਾਗਰ ਸਾਹਿਬ ਜੀ, ਇਹ ਕਿਤੇ ਦਾਨ ਵੀ ਨਹੀਂ ਕਰਨੇ, ਖਾਣੇ ਪੀਣੇ ਨਜ਼ਾਰੇ ਲੈਣੇ, ਬਸ ਠੀਕ ਹੈ ਜੀ, ਬਣੇ ਰਹਿਣਾ ਵੀ ਅਤੀ ਨਵਾਸ਼ਨ, ਆਪਣੇ ਛੋਟੇ ਦੇਸ਼ੂਰੀ, ਕੈਮਰਾ ਪਰਸਨ ਵਿਜੇ ਕੁਮਾਰ ਦੇ, ਸਾਰੇ ਭਰਾਵਾਂ ਨੂੰ ਦਿਓ ਇਜਾਜ਼ਤ, ਬਹੁਤ ਜਲਦੀ ਫਿਰ ਤੁਰ ਸਮਾਂਗੇ। ਸਤਿ ਸ਼੍ਰੀ ਅਕਾਲ।